ਸਤਿ ਸ੍ਰੀ ਅਕਾਲ ਜੇ ਕਾਲੇ ਛੱਡਦੇ ਕਲਕੱਤੇ ਜਾ ਕੇ ਫਿਲਮਾਂ 'ਚ ਦੇਖਿਆ ਹੋਣਾ ਵੀ ਯਾਰ ਰਿਕਸ਼ਾ ਹੱਥਾਂ ਨਾਲ ਮਤਲਬ ਚੱਲਦਾ ਹੁੰਦਾ ਸੀ ਕਲਕੱਤੇ 'ਚ, ਇਹ ਸਿਰਫ ਕਲਕੱਤੇ 'ਚ ਹੀ ਇਹ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂਗੀ। ਅਤੇ ਬਹੁਤ ਵਧੀਆ ਐਕਸਪੀਰੀਅੰਸ ਸੀ, ਮੈਂ ਹੁਣੇ ਟਰਾਈ ਲੈ ਕੇ ਹਟਿਆ, ਵਧੀਆ ਸੀ ਕੰਮ। ਤੁਸੀਂ ਥੰਬਨੇਲ ਨਾਲ ਹੀ ਫੋਟੋ ਦੇਖ ਹੀ ਲਈ ਹੋਣੀ ਹੈ ਵੈਸੇ। ਚਲੋ ਇਹ ਇਹਨਾਂ ਦਾ ਕਹਿਣਾ ਵੀ 40-40 ਕਿਲੋਮੀਟਰ ਵੀ ਇਹ ਚਲਾ ਲੈਂਦੇ ਨੇ ਲਗਾਤਾਰ ਭੱਜ ਕੇ, ਅਤੇ ਕਿਰਾਏ 'ਤੇ ਇਹਨਾਂ ਦਾ ਰਿਕਸ਼ਾ ਆ 30 ਰੁਪਏ ਪਰ ਡੇ ਕਰਾਇਆ। ਕੱਢ ਦਿਓ ਕੱਢ ਦਿਓ, ਕੱਟੋ ਕੱਟੋ, ਕੱਢਣਾ ਕੋਈ ਕਿ ਨਹੀਂ। ਵਾਹ ਜੀ ਵਾਹ, ਸ਼ਾਬਾਸ਼ ਸ਼ਾਬਾਸ਼, ਵੈਲਕਮ ਗਾਈਜ਼, ਕੀ ਹਾਲ ਚਾਲ, ਠੀਕ ਠਾਕ ਹੋ? ਤੁਹਾਡਾ ਫਿਰ ਇੱਕ ਵਾਰ ਤੋਂ ਸਵਾਗਤ ਹੈ ਕਲਕੱਤੇ ਵਿੱਚ। ਬਹੁਤ ਵਧੀਆ ਵਧੀਆ ਮਾਰਕੀਟ ਬਣੀ ਹੋਈ ਆ, ਘੈਂਟ ਆ, ਕਮਲ ਯਾਰ ਆ ਰਿਹਾ ਪੂਰਾ। ਅਤੇ ਬਾਈ ਹੁਣੀ ਉਹਦੀ ਜਿੱਪ ਖੁੱਲੀ ਆ, ਬੈਗ ਦੀ ਜਿੱਪ ਬੰਦ ਕਰਿਓ। ਕਿਉਂ ਬਾਈ, ਕਿਵੇਂ ਲੱਗ ਰਿਹਾ ਫਿਰ ਅੱਜ? ਕਿੰਨਾ ਕੁ ਆਨੰਦ ਹੈ? ਗਰਮੀ ਹੈ, ਕੀ ਕਰਨ ਲੱਗੇ ਹੋ? ਚਾਹ ਪੀਣੀ? ਕਿਆ ਬਾਤ ਹੈ ਬਾਈ, ਅੱਛਾ ਤੁਸੀਂ ਪਹਿਲੇ ਸਰਦਾਰ ਹੋ ਜਿਹੜੇ ਇੱਥੇ ਦੇਖੇ ਹੋ? ਚਲੋ ਅੱਗੇ ਅੱਗੇ ਦੇਖਾਂਗੇ। ਹੈਲੋ, ਇਸੇ ਬਾਰਾ ਤੋਂ ਮੈਂ ਹਾਂ। ਲਓ ਚੁਸਕੀ, ਯਾਰ ਇੱਥੇ ਨਾ ਭੀੜ ਭੜੱਕਾ ਬਹੁਤ ਹੈ, ਭੀੜ ਭੜੱਕੇ ਕਾਰਨ ਆਪਾਂ ਮਾਸਕ ਬੰਨ ਲਿਆ। ਵੈਸੇ ਤਾਂ ਮੈਨੂੰ ਕੋਈ ਬਾਹਲਾ ਡਰ ਨਹੀਂ ਹੈਗਾ, ਪਰ ਪਤਾ ਨਹੀਂ ਹੁੰਦਾ। ਅਤੇ ਹੁਣ ਅਸੀਂ ਫਿਲਹਾਲ ਘੁੰਮ ਰਹੇ ਹਾਂ ਬਾਜ਼ਾਰ ਦੇ ਵਿੱਚ। ਬਾਈ ਹੁਣੀ ਪਤਾ ਨਹੀਂ ਮੈਨੂੰ ਕਿੱਧਰ ਲੈ ਲਈ ਜਾਂਦੇ ਨੇ। ਉਹ ਗੱਲ ਸੁਣੋ, ਉਹਨਾਂ ਨੂੰ ਕਹਿਣਾ, ਉਹ ਪਹਿਲਾਂ ਦੱਸਤਾ ਤੂੰ ਆਪਾਂ ਚੱਲੇ ਕਿੱਥੇ? ਹਾਂ ਕੀ ਤੂੰ ਨਾ ਸਹੀ ਆ, ਹਲੋ ਆ ਚੱਲੇ ਕਿੱਥੇ ਪਹਿਲਾਂ ਤਾਂ ਦੱਸੋ। ਕਿਆ ਬਾਤ ਹੈ ਬਾਈ, ਭੀੜ ਭੜੱਕਾ ਤਾਂ ਬਹੁਤ ਹੈ ਇੱਥੇ, ਭੀੜ ਭੜੱਕਾ, ਗਰਮੀ ਵੀ ਹੈਗੀ ਆ। ਕਿੱਥੇ ਰਹਿ ਗਏ ਜੀ? ਹਾਂ ਬਾਈ, ਕਿਆ ਬਾਤ ਹੈ ਬਾਈ, ਦੁਬਾਰਾ ਹੋ ਜਾਵੇ ਨਹੀਂ ਮਾਰਕੀਟ ਯਹਾਂ ਕੇ ਸਾਰੇ ਕੇ ਸਾਰੇ ਅੰਦਰ ਹੀ ਹੈ ਰੋਡ, ਇਹਨੂੰ ਕੋਈ ਆਗੇ ਪਿੱਛੇ ਸਿਸਟਮ ਹੀ ਨਹੀਂ ਆ। ਵੈਸੇ ਇੱਕ ਗੱਲ ਆ ਮੈਂ ਤੁਹਾਨੂੰ ਦੱਸਦਾ ਬਾਈ, ਦੇਖੋ ਇੱਥੇ ਨਾ ਸਪੈਸ਼ਲ ਮਾਰਕੀਟ ਵਾਸਤੇ ਇਹ ਰਾਹ ਬਣਾਇਆ ਹੋਇਆ, ਅਤੇ ਮਤਲਬ ਕਿ ਸੜਕ 'ਤੇ ਗਾਹ ਨਹੀਂ ਪਾਇਆ ਹੋਇਆ ਆਪਣੇ, ਜਿਵੇਂ ਬਾਕੀ ਸ਼ਹਿਰਾਂ ਦੇ ਵਿੱਚ ਗਾਹ ਗੂਹ ਸੜਕਾਂ 'ਤੇ ਹੀ ਮੰਜੇ ਲਾ ਕੇ ਵੇਚਣ ਲੱਗ ਜਾਂਦੇ ਨੇ, ਉਹ ਚੀਜ਼ ਨਹੀਂ ਇੱਥੇ, ਸਭ ਅਲੱਗ ਹੈ। ਵੈਸੇ ਜਿਹੜੇ ਸਰਦਾਰ ਬੰਦੇ ਨੇ ਨਾ ਪੱਗਾਂ ਵਾਲੇ, ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਮੈਂ ਆਹ ਕਿਉਂ ਬੰਨਿਆ। ਚੱਲ ਜਿਹਨੂੰ ਨਹੀਂ ਵੀ ਪਤਾ ਮੈਂ ਦੱਸ ਦੇਣਾ, ਇੱਥੇ ਨਾ ਜੇ ਆਪਾਂ ਧੁੱਪੇ ਫਿਰੀਏ, ਖਾਸ ਕਰ ਮੈਨੂੰ ਇਹ ਜ਼ਿਆਦਾ ਪ੍ਰੋਬਲਮ ਆ, ਜੇ ਮੈਂ 5 ਕਿਲੋਮੀਟਰ ਵੀ ਧੁੱਪੇ ਨਿਕਲਾਂ ਹੁਣ ਜਿਵੇਂ ਨਿਸ਼ਾਨ ਨਹੀਂ ਪੈ ਜਾਂਦਾ, ਤੀਰ ਬਣ ਜਾਂਦਾ ਉਹਦਾ, ਇੱਥੇ ਇਹ ਤੋਂ ਬਚਣ ਲਈ ਬੰਨਿਆ ਹੋਇਆ।
वैसे एक नवा एक्सपीरियंस है ना, तुम जो भी आओ घूम आओ पर माड़ी मोटी नॉलेज लैके आओ। की हो गया पुछ पुछ के जाइए ना हूँ। लुधियाना 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 भाई कैसा लग रहा फिर? बहुत आनंद भाई, आनंद है चंगा। आप बस बननी है इतों है, बस बननी है की हो गया? गर्मी ही नहीं हो रही। हाँ गर्मी तो बहुत चल कोई तसली हो जाए। अखा मल रहे ने खासी उची है गल सुना इधर हैरानी केड़ी गल दी है। बिल्डिंगा खासी उची ने इतने। अच्छा बहुत मजा आ रहा, चाहे गर्मी आ कोई चक्कर नहीं, जो तो तुम आनंद आता हो ना किसी जगह तो उत्थे आपां गर्मी ज़्यादा महसूस नहीं करी दी, ज़्यादा सिर ते चक के नहीं रखी दी है। और राणी बनी हुई है इंग्लैंड वाली, इहदे महल च आपां चले आ। सड़कां सोहणियां ने यार, सड़कां तुहानूं कहिण लगे इत्थों दीआं। वाह वाह आनंद है। भूटान चुरे पैर धरदे जैबरा देखना जदी गड्डियां रुक जांदियां। अच्छा जी ये फिर इंडिया ना यार, सड़क सोनिया ने कि लगे कमाल होगी। मतलब इतने ना सिस्टम बहुत सोहना, सफाई मैंने बहुत सोहनी लगी इतने बी घेंट आ ना भाई। हाँ सफाई है, सफाई बहुत है। अच्छा वो सामने है चर्च है ता। ओयो ता चर्च है। अच्छा चर्चा ने अंग्रेजों ने चर्चे ने, ये भी सही है। लो जी असि आ गए विक्टोरिया महल, अपना कौखा नहीं है बंदे नू। चल कोई चक्कर नहीं यार, सोहना बनाया होया घेंट आ। बात है भाई क्या बात है, अंग्रेजा की पछाण ही इतों आती है। की हो गया 10 रुपए टिकट? टिकट ली 10 रुपए की। हल फड़ो ये चर्च 1847 की बनी हुई आ।
ब्रिटिश ने बनाई थी अपनी, ब्रिटिश जो लोग अंग्रेज कह लो क्रिश्चन अंदर ना तुम जाओगे इन्ना सुकून आ यार, इन्ना सुकून। आओ जरूर यार, तुम आओगे तो तुम्हें पता लगेगा अंदर इन्हें फोटोग्राफी जमा लौट दी कि तुम फोन भी नहीं जेब क्ढन देन कि मतलब इन्नी हैगी स्टिकनेस की। बहुत वधिया घट है कम, आके देखोगे फिर तुम महसूस होना इदा मैं कही जावा तो कोई फायदा नहीं। अंदर जो होंगे लाउड फिर आप जरूर दिखाई, फिर आप ना नुकर कानू करनी सी, पर जमा ही नहीं लाउड जमा ही। कोई बात नहीं, कोई बात नहीं। आप कहाँ से आए हो? आप कहाँ से आए हो? हम गड़ियाहाट से आए। ये कहाँ पे पड़ता है? कोलकाता। कोलकाता से अभी दमदम से हो कोलकाता में? भाई इन्हें पता भी जो दिल्ली प्रोटेस्ट है, तुम्हें पता कैसे पैसे चल रहा है? किसके लिए चल रहा है? वो बिल आया था ना, जो 3 बिल आए मोदी जी ने, किसके खिलाफ? कितनों की जान भी जा चुकी है वो भी पता है, और हम किसान की तरफ है। पिक्चर बनती है, आप किसी का नाम सुनेंगे कौन ना क्या होना, दीन दयाल आपको लगे कोई बहुत ही नाम से पिछे देख रहे हो तुम ना, रिकॉर्डिंग चल रही है। एक गल कहन वाली आ, बाई नू इन्नी नॉलेज आ हर एक चीज़ की, इन्हों ना मतलब कि जरूरी नहीं, इन्हों जिदा का बंदा मिलता है उदा के हो जाते हैं। इंग्लिश की नॉलेज इन्नी है, मतलब इंग्लिश इन्नी बोलते हैं, इन्नी फास्ट बोलते हैं कि अगला बंदा पजल हो जाए भी कही कही की कही जाते हैं। तो मेरा भी थोड़ा मिल लगता हो गया कम वधिया। ਤੁਸੀਂ 2-4 ਦਿਨ ਇਹਨਾਂ ਨਾਲ ਰਹੋਗੇ ਤਾਂ ਬਹੁਤ ਕੁਛ ਸਿੱਖ ਕੇ ਜਾਓਗੇ। ਮੈਂ ਬਹੁਤ ਚੀਜ਼ਾਂ ਇਹਨਾਂ ਤੋਂ ਫੋਲੋ ਕੀਤੀਆਂ। ਲਓ ਜੀ, ਚਰਚ ਦੇਖਣ ਤੋਂ ਬਾਅਦ ਹੁਣ ਅਸੀਂ ਚੱਲੇ ਆ ਕਿਹੜਾ ਕੀ ਵਿਕਟੋਰੀਆ ਮਹਿਲ। ਵਿਕਟੋਰੀਆ ਮਹਿਲ ਇਹ ਅੰਦਰੋਂ ਬਹੁਤ ਸੋਹਣੀ ਸੀ, ਪਰ ਇਹਨਾਂ ਨੇ ਨਾ ਅੰਦਰ ਸ਼ੂਟ ਨਹੀਂ ਕਰਨ ਦਿੱਤਾ, ਪਤਾ ਨਹੀਂ ਪਰਮਿਸ਼ਨ ਨਹੀਂ ਹੈਗੀ। ਘੇਟ ਹੈ ਕੰਮ, ਅਸੀਂ ਕੈਮਰਾ ਵੱਡਾ ਵੀ ਲਈ ਫਿਰਦੇ ਹਾਂ, ਕਿਤੇ ਕਿਤੇ ਇਹ ਵੀ ਕੰਮ ਆ ਜੀ। ਕਿਉਂ ਅਸੀਂ ਫਿਰ ਆ ਗਏ ਉੱਥੇ ਹੀ, ਇਹਨਾਂ ਹੀ ਜੱਬਾ ਕਰੋਸਿੰਗ ਕਿੰਨੀ ਅਲੱਗ ਜੀ ਹੋਣ। ਕਹਿੰਦੇ ਕਲਕੱਤੇ ਪਹੁੰਚ ਗਿਆ ਇੱਕ ਵਧੀਆ ਸਿੰਗਰ ਨੂੰ, ਯਾਦ ਕੀਤਾ ਜਾਵੇਗਾ। ਕੌਣ? ਉਹ ਮਸੂਦੀ ਕਲਕੱਤੇ ਉਹ ਪੱਖੀ ਲਿਆ ਦੇ, ਚੱਲੂੰਗੀ ਸਾਰੀ ਰਾਤ ਵੇ। ਤੂੰ ਮਾਸਕ ਚੱਕੀ ਫਿਰਦਾ ਹੋਏ, ਤੈਨੂੰ ਕੀ ਹੋਇਆ? ਨਾ ਬਾਈ ਬਾਅਦ 'ਚ ਸਹੀ ਦੇਖੋ ਬਾਈ ਕਿਆ ਚੀਜ਼ ਆ ਇਹ ਯਾਰ। ਅਸੀਂ ਏਦਾਂ ਚਾਟ ਪੁੱਛ ਰਹੇ ਬਣਾ ਕੇ ਜਿਹੜੀ ਦਿੱਤਾ ਤੂੰ, ਹਾਂ ਬਣਾ ਕੇ ਦੇ। ਨਹੀਂ ਕਿਤਨੇ ਕਾ ਹੈ ਇਹ? 25 25 25 ਰੁਪਏ ਦਾ ਦੇਖ ਲੈਂਦੇ ਖਾ ਕੇ। ਆਹ ਬੇਰ ਨੇ, ਬੇਰ ਨੀ ਫਿਰ ਗੁਲਗਲੇ ਹੈ। ਵਟਸਐਪ ਤੇ ਆਉਂਦੇ ਹੁੰਦੇ ਨੇ ਨਾ। ਤਾਂ ਕੀ ਹੋਇਆ? ਵੀਡੀਓ ਬਣਾ ਰਿਹਾ ਹੈ। ਮੈਂ ਤੋਂ ਤੋਂ ਇਸ ਕਰਕੇ ਕਿਉਂ ਕਿਆ ਹੋਇਆ? ਅੱਛਾ ਕਾਂਗਰੇ ਰਹਿਣ ਵਾਲੀ ਹੈ ਰਤੇ ਉੱਪਰ ਗਏ ਹੈ ਕਹੀਂ ਕਲਕੱਤੇ।
लो जी ये बाउंड्री की हुई है महल के आले दुआले से बहुत उच्ची। क्या बात है, क्या बात है, वाह अंदर पानी है, तालाब बने हुआ बड़ा सारा देखो महल कितना, ओ क्या बात है।